ਸੁਖਪਾਲ ਸਿੰਘ ਖਹਿਰਾ ਅਤੇ ਰਾਣਾ ਗੁਰਜੀਤ ਸਿੰਘ ਨੂੰ ਲੈ ਕੇ ਜੋ ਸਿਆਸੀ ਜੰਗ ਪੰਜਾਬ ਵਿੱਚ ਛਿੜੀ ਹੋਈ ਸੀ, ਲੱਗਦਾ ਹੈ ਕਿ ਉਹ ਆਪਣੇ ਆਖਰੀ ਪੜਾਅ ਵੱਲ ਵੱਧ ਰਹੀ ਹੈ। ਹੁਣ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੇਤ ਖੱਡਾਂ ਦੀ ਨਿਲਾਮੀ ਨੂੰ ਲੈ ਕੇ ਜੋ ਜਾਂਚ ਲਈ ਜਸਟਿਸ ਨਰੰਗ ਨਾਂ ਦਾ ਕਮਿਸ਼ਨ ਬਣਾਇਆ ਗਿਆ ਸੀ, ਉਸ ਨੂੰ ਖਾਰਜ ਕਰਨ ਦੀ ਅਪੀਲ ਕਰ ਦਿੱਤੀ ਹੈ। ਮੰਗ ਕਰਦਾ ਹਾਂ ਕਿ ਜਸਟਿਸ ਨਰੰਗ ਕਮਿਸ਼ਨ ਨੂੰ ਟੋਟਲ ਸਕ੍ਰੈਪ ਕੀਤਾ ਜਾਣਾ ਚਾਹੀਦਾ ਔਰ ਸਜ਼ਾ ਦੇ ਤੌਰ ਤੇ ਜਸਟਿਸ ਨਰੰਗ ਨੂੰ ਜੋ ਪੱਤੇ ਲਏ, ਉਹਨਾਂ ਨੇ ਤਨਖਾਹਾਂ ਲਈਆਂ, TA DA ਲਿਆ, ਸਟਾਫ ਵਰਤਿਆ, ਗੱਡੀਆਂ ਮੋਟਰਾਂ ਸਿਕਿਉਰਿਟੀ ਸਾਰੇ ਪੈਸੇ ਖਜ਼ਾਨੇ ਵਿੱਚ ਵਾਪਸ ਜਮ੍ਹਾਂ ਕਰਾਉਣੇ ਚਾਹੀਦੇ, ਕਿਉਂਕਿ ਜਸਟਿਸ ਨਾਰੰਗ ਨੇ ਕਮਿਸ਼ਨ ਦੇ ਨਾਮ 'ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ, ਸਾਰੇ ਤੱਥ ਲੁਕੋਏ ਔਰ ਰਾਣਾ ਗੁਰਜੀਤ ਸਿੰਘ ਇੱਕ ਦਾਗੀ ਮੰਤਰੀ ਜਿਹਦਾ ਸਭ ਕੁਝ ਸਪਸ਼ਟ ਹੋ ਗਿਆ, ਉਸ ਨੂੰ ਬਚਾਉਣ ਦੀ ਖਾਤਰ ਸਾਰਾ ਇਹ ਕਾਰਗੁਜ਼ਾਰੀ ਕੀਤੀ ਆ। ਖਹਿਰਾ ਨੇ ਇਸ ਕਮਿਸ਼ਨ ਨੂੰ ਖਾਰਜ ਕਰਨ ਦੀ ਮੰਗ ਕਿਉਂ ਕੀਤੀ ਹੈ, ਉਸ ਦੇ ਲਈ ਵੀ ਉਹਨਾਂ ਨੇ ਕਈ ਕਾਰਨ ਦੱਸੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਸਟਿਸ ਨਰੰਗ ਨੇ ਕਈ ਅਜਿਹੀਆਂ ਧਾਰਾਵਾਂ, ਅਜਿਹੇ ਪੱਖ ਛੱਡ ਦਿੱਤੇ ਜਿਨ੍ਹਾਂ ਨਾਲ ਇਹ ਸਾਫ਼ ਸਾਫ਼ ਸਾਬਿਤ ਹੋ ਸਕਦਾ ਸੀ ਕਿ ਰਾਣਾ ਗੁਰਜੀਤ ਸਿੰਘ ਹੀ ਇਸ ਸਭ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਨੇ। 4-5 ਤੱਥ ਜਿਹੜੇ ਨੇ ਉਹ ਜਾਣ ਬੁੱਝ ਕੇ ਜਸਟਿਸ ਨਰੰਗ ਨੇ ਲੁਕੋਏ ਨੇ। ਸਭ ਤੋਂ ਪਹਿਲਾਂ ਅਮਿਤ ਬਹਾਦਰ ਨੇਪਾਲੀ ਖਾਨਸਾਮਾ ਅੱਜ ਵੀ ਰਾਣੇ ਗੁਰਜੀਤ ਸਿੰਘ ਦੀਆਂ RJ ਟੈਕਸ ਫੈਬ ਕੰਪਨੀ ਵਿੱਚ ਡਾਇਰੈਕਟਰ ਹੈ, ਅੱਜ ਵੀ ਹੈ। ਦੂਸਰਾ, ਇਸਨੇ RGS ਟ੍ਰੇਡਰਸ ਅਤੇ RJ ਟੈਕਸ ਫੈਬ, ਜਿਨ੍ਹਾਂ ਨੇ ਲਗਭਗ 5 ਕਰੋੜ ਦੀ ਰਾਸ਼ੀ ਇਸ ਮਾਈਨਿੰਗ ਵਿੱਚ ਲਾਈ, ਜਸਟਿਸ ਨਾਰਿੰਗ ਨੇ ਉਸ ਨੂੰ ਬਿਲਕੁਲ ਅੱਖੋਂ ਪਰੋਖੇ ਕਰਤਾ। ਤੀਸਰਾ, 5 ਕਰੋੜ ਰੁਪਈਆ ਸਾਬਤ ਹੋ ਗਿਆ ਕਿ ਗੁਰਿੰਦਰ ਸਿੰਘ ਜਿਹੜਾ 1000 ਕਰੋੜ ਰੁਪਏ ਦਾ ਇਰੀਗੇਸ਼ਨ ਸਕੈਂਡਲ ਦਾ ਜਿਹੜਾ ਧੋਖਾਧੜੀ ਦਾ ਜ਼ੁੰਮੇਵਾਰ ਹੈ, ਉਸਨੇ ਵੀ 5 ਕਰੋੜ ਰੁਪਈਆ ਰਾਣੇ ਗੁਰਜੀਤ ਦੀ ਇਸ ਆਕਸ਼ਨ ਵਿੱਚ ਲਾਇਆ। ਚੌਥਾ, ਅਮਿਤ ਟਾਕਾ ਡਾਇਰੈਕਟਰ ਮਾਈਨਿੰਗ ਨੇ ਕਿਹਾ ਕਿ ਰਾਣੇ ਗੁਰਜੀਤ ਨੇ ਆਕਸ਼ਨ ਤੋਂ ਪਹਿਲਾਂ ਮੈਨੂੰ ਫੋਨ ਕੀਤਾ ਸੀ, ਲੇਕਿਨ ਨਾਰੰਗ ਨੇ ਉਹ ਫੋਨ ਕਾਲ ਦੇ ਕੰਟੈਂਟ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਸੁਖਪਾਲ ਸਿੰਘ ਖਹਿਰਾ ਵੱਲੋਂ ਲਗਾਏ ਗਏ ਇੰਨੇ ਗੰਭੀਰ ਇਲਜ਼ਾਮਾਂ ਦਾ ਜਵਾਬ ਵੀ ਹੁਣ ਸਰਕਾਰ ਵੱਲੋਂ ਆਇਆ ਹੈ। ਕਾਂਗਰਸ ਦੇ ਬੁਲਾਰੇ ਰਾਜ ਕੁਮਾਰ ਵੇਰਕਾ ਨੇ ਸੁਖਪਾਲ ਸਿੰਘ ਖਹਿਰਾ ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਖਹਿਰਾ ਨੂੰ ਕੋਈ ਮੁੱਦਾ ਨਹੀਂ ਲੱਭ ਰਿਹਾ, ਇਸ ਕਰਕੇ ਉਹ ਆਪਣਾ ਅਹੁਦਾ ਬਚਾਉਣ ਦੇ ਲਈ ਅਜਿਹੇ ਬੇਫਜ਼ੂਲ ਮੁੱਦੇ ਚੁੱਕ ਰਹੇ ਨੇ। ਸੁਖਪਾਲ ਸਿੰਘ ਖਹਿਰਾ ਜੀ, ਜੋ ਕਿ ਵਿਰੋਧੀ ਧਿਰ ਦੇ ਨੇਤਾ ਹੈ ਔਰ ਆਪਣੀ ਖੋਈ ਹੋਈ ਜ਼ਮੀਨ ਨੂੰ ਲੱਭਣ ਵਾਸਤੇ ਦਿਨ ਰਾਤ ਉਹ ਮਿਹਨਤ ਕਰ ਰਹੇ, ਉਹਨਾਂ ਨੂੰ ਡਰ ਸਤਾ ਰਿਹਾ ਕਿ CLP ਦੇ ਅਹੁਦੇ ਤੋਂ ਉਹਨਾਂ ਨੂੰ ਰੁਖਸਤ ਨਾ ਕਿਤੇ ਕਰ ਦਿੱਤਾ ਜਾਏ, ਇਸ ਲਈ ਉਹ ਝੂਠ ਦਾ ਸਹਾਰਾ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਦੇ ਬਲੇਮ, ਕਿਸੇ ਕਿਸ ਤਰ੍ਹਾਂ ਦੀਆਂ ਗੱਲਾਂ ਉਹ ਕਰਦਾ ਰਹਿੰਦਾ। ਮੁੱਦਿਆਂ ਤੋਂ ਭਟਕ ਕੇ, ਇਸ਼ੂ ਤੋਂ ਹਟ ਕੇ ਅਤੇ ਬੇਫਜ਼ੂਲ ਦੀਆਂ ਗੱਲਾਂ ਕਰ ਰਹੇ। ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਜੇਕਰ ਗੱਲ ਕਰੀਏ ਪੰਜਾਬ ਵਿਚਲੀ ਤੀਜੀ ਧਿਰ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਕਾਫੀ ਦੇਰ ਤੱਕ ਇਸ ਮੁੱਦੇ ਤੇ ਚੁੱਪ ਸੀ, ਪਰ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਰਾਣਾ ਗੁਰਜੀਤ ਸਿੰਘ ਦੇ ਮਾਮਲੇ ਤੇ CBI ਜਾਂਚ ਦੀ ਮੰਗ ਕਰ ਦਿੱਤੀ ਹੈ। ਉਹਨਾਂ ਨੇ ਇਹ ਵੀ ਸ਼ੱਕ ਜਤਾਇਆ ਕਿ ਸਿਰਫ ਰਾਣਾ ਗੁਰਜੀਤ ਹੀ ਨਹੀਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਮਾਮਲੇ ਵਿੱਚ ਇਸ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਨੇ। ਇਸੇ ਕਰਕੇ ਰਾਣਾ ਗੁਰਜੀਤ ਸਿੰਘ ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਹੀਂ ਕੀਤੀ ਜਾ ਰਹੀ। ਇਸ ਤੋਂ ਬਾਅਦ ਹੁਣ ਸਰਕਾਰ ਤੇ ਇਹ ਦਬਾਅ ਵੱਧਦਾ ਜਾ ਰਿਹਾ ਹੈ ਕਿ ਰਾਣਾ ਗੁਰਜੀਤ ਸਿੰਘ ਦੇ ਮਾਮਲੇ ਦਾ ਕੀ ਕੀਤਾ ਜਾਵੇ। ਇੱਥੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਰੇਤ ਖੱਡਾਂ ਦੀ ਹੋਈ ਨਿਲਾਮੀ ਵਿੱਚ ਕਾਫੀ ਬੇਨਿਯਮੀਆਂ ਦਾ ਖੁਲਾਸਾ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਜਸਟਿਸ ਨਰੰਗ ਦੀ ਅਗਵਾਈ ਵਿੱਚ ਇੱਕ ਮੈਂਬਰੀ ਕਮਿਸ਼ਨ ਬਣਾਇਆ ਸੀ, ਜਿਸ ਨੇ ਜਾਂਚ ਕਰਕੇ ਆਪਣੀ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ। ਪਰ ਖਹਿਰਾ ਦਾ ਕਹਿਣਾ ਹੈ ਕਿ ਉਸ ਰਿਪੋਰਟ ਵਿੱਚ ਕੁਝ ਵੀ ਅਜਿਹਾ ਖੁਲਾਸਾ ਨਹੀਂ ਕੀਤਾ ਗਿਆ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਰਾਣਾ ਗੁਰਜੀਤ ਸਿੰਘ ਇਸ ਮਾਮਲੇ ਵਿੱਚ ਦੋਸ਼ੀ ਨੇ, ਜਦਕਿ ਪੰਜਾਬ ਦੀਆਂ ਅਖਬਾਰਾਂ ਨੇ ਇਹ ਸਾਫ਼ ਸਾਫ਼ ਸਾਬਤ ਕਰ ਦਿੱਤਾ ਹੈ ਕਿ ਰਾਣਾ ਗੁਰਜੀਤ ਸਿੰਘ ਨੇ ਕਾਫੀ ਭ੍ਰਿਸ਼ਟਾਚਾਰ ਇਸ ਮਾਮਲੇ ਵਿੱਚ ਕੀਤਾ ਹੈ। ਹਾਲਾਂਕਿ ਰਾਣਾ ਗੁਰਜੀਤ ਸਿੰਘ ਆਪਣੇ ਆਪ ਨੂੰ ਲਗਾਤਾਰ ਇਸ ਮਾਮਲੇ ਵਿੱਚ ਪਾਕ ਸਾਫ਼ ਬੇਦਾਗ ਦੱਸਦੇ ਨਜ਼ਰ ਆ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਜੋ ਮਰਜ਼ੀ ਕਹਿੰਦਾ ਰਹੇ, ਪਰ ਮੈਨੂੰ ਕਮਿਸ਼ਨ ਨੇ ਬੇਦਾਗ ਸਾਬਤ ਕਰ ਦਿੱਤਾ ਹੈ ਅਤੇ ਮੈਨੂੰ ਇਸ ਦਾ ਕੋਈ ਵੀ ਜਵਾਬ ਦੇਣ ਦੀ ਹੁਣ ਜ਼ਰੂਰਤ ਨਹੀਂ ਰਹੀ। ਫਿਲਹਾਲ ਸੁਖਪਾਲ ਸਿੰਘ ਖਹਿਰਾ ਨੇ ਤਾਂ ਇਸ ਮਾਮਲੇ ਵਿੱਚ ਇਸ ਕਮਿਸ਼ਨ ਨੂੰ ਖਾਰਜ ਕਰਨ ਦੀ ਮੰਗ ਕਰ ਦਿੱਤੀ ਹੈ, ਪਰ ਇਹ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਮੁੱਖ ਮੰਤਰੀ ਤੇ ਨਿਰਭਰ ਹੈ ਕਿ ਇਸ ਮਾਮਲੇ ਵਿੱਚ ਅਗਲਾ ਕਦਮ ਕੀ ਚੁੱਕਦੇ ਨੇ। ਪਰ ਹੁਣ ਅਸੀਂ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜੋ ਸੁਖਪਾਲ ਸਿੰਘ ਖਹਿਰਾ ਨੇ ਇਸ ਕਮਿਸ਼ਨ ਨੂੰ ਖਾਰਜ ਕਰਨ ਦੀ ਮੰਗ ਰੱਖੀ ਹੈ, ਕੀ ਉਹ ਮੰਗ ਸਹੀ ਹੈ?
ਤੁਹਾਡੀ ਇਸ ਬਾਰੇ ਕੀ ਰਾਏ? ਇਸ ਵੀਡੀਓ 'ਤੇ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਖੁੱਲ੍ਹ ਕੇ ਦੇ ਸਕਦੇ ਹੋ। ਅਤੇ ਜੇਕਰ ਤੁਸੀਂ ਦ ਪੰਜਾਬ ਟੀ ਵੀ ਨਿਊਜ਼ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਅਤੇ ਤੁਸੀਂ ਪੰਜਾਬ ਦੀ ਹਰ ਅਹਿਮ ਖਬਰ ਦੀ ਸੱਚਾਈ ਤੋਂ ਨਿਰਪੱਖਤਾ ਨਾਲ ਜਾਣੂ ਰਹਿਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਇਸ ਦੇ 1.5 ਲੱਖ ਸਬਸਕ੍ਰਾਈਬਰਾਂ ਦੇ ਪਰਿਵਾਰ ਵਿੱਚ ਹੁਣੇ ਹੀ ਸ਼ਾਮਲ ਹੋ ਸਕਦੇ ਹੋ। ਮੈਂ ਜੱਜ ਸਿੰਘ ਚਾਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦ ਪੰਜਾਬ ਟੀ ਵੀ, ਹਰ ਖਬਰ ਦਾ ਸੱਚ।